ਭਵਾਨੀਗੜ੍ਹ ਨੇੜੇ ਪਿੰਡ ਰਾਮਪੁਰਾ ਵਿਖੇ ਇੱਕ 12 ਸਾਲਾ ਬੱਚੀ ਵੱਲੋਂ ਗੁਰੂ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਗੁਰੂ ਘਰ ਦੇ ਗ੍ਰੰਥੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਪਾਠ ਕਰਨ ਲੱਗੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸੂਚਨਾ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਦਿੱਤੀ। ਪ੍ਰਬੰਧਕਾਂ ਨੇ ਗੁਰੂ ਘਰ ਵਿੱਚ ਲੱਗੇ ਕੈਮਰੇ ਦੇਖੇ ਤਾਂ ਪਤਾ ਲੱਗਾ ਕਿ ਇੱਕ 12 ਸਾਲਾ ਬੱਚੀ ਜੋ ਪਹਿਲਾਂ ਵੀ ਗੁਰੂ ਘਰ ਵਿੱਚ ਸੇਵਾ ਕਰਨ ਆਉਂਦੀ ਸੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਦਿਆਂ ਉਕਤ ਬੱਚੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਲਿਜਾਇਆ ਗਿਆ। ਇਸ ਸੰਬੰਧੀ SP ਹੈੱਡਕੁਆਰਟਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਬੱਚੀ ਦੀ ਉਮਰ ਘੱਟ ਹੋਣ ਕਾਰਨ ਉਸ ਦੀ ਜਾਂਚ ਮਨੋਵਿਗਿਆਨਿਕ ਢੰਗ ਨਾਲ ਕੀਤੀ ਜਾਵੇਗੀ। ਇਸ ਮੌਕੇ ਸਿੱਖ ਆਗੂਆਂ ਨੇ ਇਸ ਘਟਨਾ ਦੀ ਨਿੰਦਿਆ ਕਰਦਿਆਂ ਇਸ ਦੀ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕੀ ਨਾਮ ਆ ਤੁਹਾਡਾ? ਮਨਪ੍ਰੀਤ ਸਿੰਘ। ਤੇ ਇੱਥੇ ਤੁਹਾਡੀ ਕੀ ਸੇਵਾ ਨਿਭਾਉਣੀ ਗੁਰੂ ਘਰ ਦੇ ਵਿੱਚ? ਤੋਰ ਗ੍ਰੰਥੀ ਸਿੰਘ ਜੀ। ਕਿੰਨੇ ਸਮੇਂ ਤੋਂ ਮਾਰੇ ਹੋਏ? 3 ਸਾਲ ਤੋਂ ਉੱਪਰ ਹੋ ਚੱਲਿਆ ਜੀ ਸਮਾਂ। ਕੀ ਘਟਨਾ ਵਾਪਰੀ ਹੋ ਰਹੀ? ਇੱਥੇ ਕੱਲ੍ਹ ਤਕਰੀਬਨ ਆਪਾਂ ਨੂੰ ਸਵੇਰ 11 ਵਜੇ ਪਤਾ ਲੱਗਿਆ ਜੀ, ਕੁਛ ਨੌਜਵਾਨ ਵੀਰ ਨੇ ਮਾਲਵਿੰਦਰ ਸਿੰਘ ਕੁਛ ਬਾਪੂ ਮਕੰਦ ਸਿੰਘ ਵੱਲੋਂ ਮੈਨੂੰ ਪਤਾ ਲੱਗਿਆ। ਜਦੋਂ ਅਸੀਂ ਮਹਾਰਾਜ ਦੇ ਸਰੂਪ ਦੇ ਦਰਸ਼ਨ ਕੀਤੇ ਜਾ ਕੇ ਤਾਂ ਮਹਾਰਾਜ ਦੇ 7 ਅੰਗ ਕੱਟੇ ਹੋਏ ਸੀ, 642 ਤੋਂ ਲੈ ਕੇ 652 ਅਤੇ ਕੁਛ ਸੀਗਾ। ਜਦ ਪਤਾ ਲੱਗਿਆ ਇਸ ਤਰ੍ਹਾਂ ਘਟਨਾ ਦਾ, ਉਸ ਤੋਂ ਬਾਅਦ ਅਸੀਂ ਬਤੌਰ ਜਿਹੜਾ ਗੁਰੂ ਘਰ ਦੇ ਪ੍ਰਧਾਨ ਨੇ, ਪ੍ਰਬੰਧਕ ਕਮੇਟੀ ਜਾਂ ਕੁਛ ਨਗਰਦੇ ਨੇ, ਉਹਨਾਂ ਦੇ ਧਿਆਨ ਵਿੱਚ ਲਿਆਂਦਾ ਇਹ ਕੰਮ। ਤੁਸੀਂ ਕਿੱਥੇ ਸੀ? ਗੁਰੂ ਘਰ ਸੀਗੇ ਜੀ। ਇਹ ਕੰਮ, ਇਹ ਜਿਹੜੀ ਘਟਨਾ ਹੋਈ ਅੰਮ੍ਰਿਤ ਵੇਲੇ ਦੀ ਹੈ ਜੀ, ਤਕਰੀਬਨ 5:15 ਤੋਂ ਬਾਅਦ 5:30-6 ਦੇ ਵਿੱਚ ਜੀ ਇਹ ਜਿਹੜੀ ਘਟਨਾ ਹੋਈ। ਕੌਣ ਲੜਕੀ ਸੀ? ਕਿੰਨੇ ਕੁ ਸਾਲ ਦੀ ਸੀ ਲੜਕੀ? ਤਕਰੀਬਨ 12 ਸਾਲ ਦੀ ਲੜਕੀ ਹੈ, 10 ਤੋਂ 12 ਸਾਲ ਦੀ, ਇਸੇ ਨਗਰ ਦੀ ਹੈ। ਸਿੱਖ ਭਾਈ ਨਾਲ, ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ ਲੜਕੀ ਜਿਹੜੀ? ਇਹ ਜੀ ਮਜ਼੍ਹਬੀ ਸਿੱਖ ਨੇ, ਵੈਸੇ ਮਜ਼੍ਹਬੀ ਸਿੱਖ ਨੇ ਜੀ, ਮਜ਼੍ਹਬੀ ਸਿੱਖਾਂ ਨੇ ਜੀ, ਮਜ਼੍ਹਬੀ ਸਿੱਖ ਨੇ। ਕੀ ਤੁਹਾਨੂੰ ਲੱਗਦਾ ਵੀ ਕੋਈ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਲੜਕੀ ਦਾ, ਜਾਂ ਉਹਨੂੰ ਕੋਈ ਮਾਨਸਿਕ ਰੋਗ ਹੈ ਲੜਕੀ, ਜਾਂ ਕੀ? ਬਿਲਕੁਲ ਜੀ, ਆਪਾਂ ਨੂੰ 2-3 ਸਾਲ ਹੋ ਗਏ ਨੇ ਇੱਥੇ ਆਏ ਨੂੰ, ਇਹ ਜੀ ਕੋਈ ਗੱਲ ਹੈ? ਇਹ ਲੜਕੀ ਪਹਿਲਾਂ ਵੀ ਗੁਰੂ ਘਰ ਦੇ ਵਿੱਚ ਆਉਂਦੀ ਸੀਗੀ? ਹੱਥ ਨਹੀਂ ਆਉਂਦੀ ਸੀ ਜਿਹੜੀ ਹੈ, ਅੰਮ੍ਰਿਤ ਵੇਲੇ ਤੋਂ ਮੰਥਲੀ ਆਉਣ ਲੱਗੀ ਹੈ ਤਕਰੀਬਨ, ਮਹੀਨਾ ਲਾ ਲਓ ਜਾਂ 1.5 ਮਹੀਨਾ ਲਾ ਲਓ ਤੁਸੀਂ, ਅੰਮ੍ਰਿਤ ਵੇਲੇ ਤੋਂ ਹੁਣੇ ਆਉਣ ਲੱਗੀ ਹੈ। ਠੀਕ ਹੈ। ਉਹ ਕੁੜੀ ਤੋਂ ਪੁੱਛ ਪੜਤਾਲ ਕੀਤੀ ਕਿ ਲੜਕੀ ਤੋਂ ਕੀ? ਹਾਂ ਜੀ, ਇਸੇ ਕਰਕੇ ਅਸੀਂ ਜਿਹੜਾ ਇਹ ਕੱਲ੍ਹ ਘਟਨਾ ਹੋਈ ਹੈ, 4 ਬੰਦਿਆਂ ਦੇ ਵਿੱਚ ਇਹ ਹਿਡਨ ਰੱਖੀ ਹੋਈ ਸੀ। ਅੱਜ ਸਵੇਰੇ ਅੰਮ੍ਰਿਤ ਵੇਲੇ ਸੰਗਤ ਵਿੱਚ ਬੈਠਿਆ ਉਸ ਲੜਕੀ ਦੇ ਬਿਆਨ ਲਏ ਗਏ ਨੇ। ਪਹਿਲਾਂ ਉਸ ਲੜਕੀ ਮੰਨ ਨਹੀਂ ਸੀ ਰਹੀ ਮੈਂ ਕਰਿਆ, ਪਰ ਜਦੋਂ ਉਹਨੂੰ ਉਹਦੀ ਫੋਟੇਜ ਵੀਡੀਓ ਵਗੈਰਾ ਦਿਖਾਈ ਗਈ, ਉਸ ਤੋਂ ਬਾਅਦ ਉਹ ਮੰਨੀ ਲੜਕੀ। ਕੀ ਕਹਿਣਾ ਸੀ ਲੜਕੀ? ਮੈਂ ਕੀਤਾ ਲੜਕੀ ਦਾ ਕੀ ਕਹਿਣਾ ਸੀਗਾ ਵੀ ਕਿਉਂ? ਉਸ ਤੋਂ ਬਾਅਦ ਨਹੀਂ ਬੋਲੀ ਜੀ ਲੜਕੀ। ਅਸੀਂ ਕਿਹਾ ਵੀ ਕਿਸੇ ਨੇ ਤੁਹਾਡੇ ਕੋਈ ਸ਼ਹਿਰ ਦੇ ਕਰਵਾਇਆ ਜਾਂ ਪੈਸੇ ਲੈ ਦੇ ਕੇ ਇਹ ਮਦਭਾਗਣੀ ਜਿਹੜੀ ਘਟਨਾ ਕਰਵਾਈ ਹੈ, ਕਿਸੇ ਤੋਂ ਕਰਵਾਈ ਗਈ ਹੈ ਜਾਂ ਕਿਵੇਂ ਹੈ? ਉਸ ਲੜਕੀ ਨੇ ਉਸ ਤੋਂ ਬਾਅਦ ਬਿਆਨ ਨਹੀਂ ਦਿੱਤਾ ਜੀ। ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰੋ? ਅਸੀਂ ਤਾਂ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਨੇ ਉਹਨੂੰ ਫੜਿਆ ਜਾਵੇ, ਕਿਉਂਕਿ 10-12 ਸਾਲ ਦੀ ਇਹ ਲੜਕੀ ਹੈ, ਮਾਈਟ ਜਿਹੜਾ ਇਸ ਟਾਈਮ ਉਹਦਾ ਕੰਮ ਕਰ ਰਿਹਾ, ਕਿਸੇ ਦੀ ਸ਼ਹਿਦ 'ਤੇ ਹੋਇਆ, ਇੱਦਾਂ ਇਕੱਲੀ ਲੜਕੀ ਕਰ ਨਹੀਂ ਸੀ ਸਕਦੀ। ਇਹੀ ਬੇਨਤੀ ਹੈ ਪ੍ਰਸ਼ਾਸਨ। ਮੈਂ ਨਰਿੰਦਰਜੀਤ ਸਿੰਘ, ਪਿੰਡ ਵਾਸੀ, ਪਿੰਡ ਰਾਮਪੁਰਾ ਦਾ ਰਹਿਣ ਵਾਲਾ। ਅਤੇ ਜਿਹੜੀ ਇਹ ਗੁਰਦੁਆਰਾ ਸਾਹਿਬ ਵਿਖੇ ਘਟਨਾ ਹੋਈ ਹੈ, ਕੱਲ੍ਹ ਹੋਈ ਹੈ, ਸਵੇਰੇ 5:30 ਵਜੇ ਦੀ ਘਟਨਾ ਹੈ, ਜੋ CCTV ਕੈਮਰੇ 'ਚ ਗ੍ਰੰਥੀ ਸਿੰਘ ਨੂੰ ਪਤਾ ਲੱਗਿਆ ਤਾਂ ਉਸਨੇ ਕੈਮਰੇ ਦੇਖ ਕੇ ਇੱਕ ਬੱਚੀ 12-13 ਸਾਲ ਦੀ ਬੱਚੀ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ। ਪਰ ਇਹ ਸਾਰਾ ਨਗਰ ਇਸ ਘਟਨਾ ਕਰਕੇ ਦੁਖੀ ਆ, ਬਹੁਤ ਦੁੱਖ 'ਚ ਆ ਵੀ ਬਹੁਤ ਮਾੜੀ ਘਟਨਾ ਹੋਈ ਹੈ, ਇਸ ਪਿੱਛੇ ਕੋਈ ਸ਼ਰਾਰਤ ਵੀ ਹੋ ਸਕਦੀ ਹੈ ਕਿਸੇ ਦੀ, ਤਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਇਸ ਦੀ ਪੜਤਾਲ ਕਰਕੇ ਪਾਣੀ ਦਾ ਪਾਣੀ, ਦੁੱਧ ਦਾ ਦੁੱਧ ਨਿਕਾਲਿਆ ਜਾਵੇ ਤਾਂ ਜੋ ਪਤਾ ਲੱਗ ਸਕੇ ਵੀ ਜੋ ਜਿਸਨੇ ਬੇਅਦਬੀ ਕੀਤੀ ਆ, ਕਰਾਈ ਆ, ਉਹ ਕੌਣ ਸ਼ਖਸ? ਬੱਚੇ ਪਿੰਡ ਦੀ ਆ ਜਾਂ ਕਿਸੇ ਬਾਹਰ ਦੀ ਆ ਜੀ? ਬੱਚੀ ਸਾਡੇ ਨਗਰ ਦੀ ਆ। ਸਾਡੇ ਪਿੰਡ ਦੀ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜੇ 7 ਅੰਕ ਨੇ ਫਾੜ ਦਿੱਤੇ, ਔਰ ਇੱਥੇ ਸਵੇਰ ਤੋਂ ਹੀ ਪ੍ਰਸ਼ਾਸਨ ਵੀ, ਪਿੰਡ ਦੇ ਪਤਵੰਤੇ, ਜ਼ਿੰਮੇਵਾਰ ਗੁਰਦੁਆਰਾ ਕਮੇਟੀਆਂ, ਵੱਖ ਵੱਖ ਜਥੇਬੰਦੀਆਂ ਨੇ ਉਸ ਬੱਚੀ ਨੂੰ ਬੜੇ ਪਿਆਰ ਨਾਲ ਵੀ ਡਰਾ ਕੇ ਵੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੈਨੂੰ ਇਸ ਤਰ੍ਹਾਂ ਸਿਖਾਇਆ ਕਿਹਨੇ ਸੀਗਾ, ਕਿਉਂਕਿ 10-11 ਸਾਲ ਦੀ ਜਿਹੜੀ ਬੱਚੀ ਹੈ ਉਹ ਆਪਣੇ ਆਪ ਤਾਂ ਕੋਈ ਐਡੀ ਵੱਡੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦੀ, ਪਰ ਉਹ ਅਜੇ ਤੱਕ ਬੱਚੀ ਬਿਲਕੁਲ ਵੀ ਨਹੀਂ ਮੰਨੀ, ਇਸ ਕਰਕੇ ਪ੍ਰਸ਼ਾਸਨ ਜਿਹੜਾ ਇੱਕ ਵਾਰੀ ਉਹਨਾਂ ਨੂੰ ਥਾਣੇ ਲੈ ਗਿਆ। ਸੋ ਅਸੀਂ ਇਹੀ ਚਾਹੁੰਦੇ ਹਾਂ ਸਾਰੀ ਸੰਗਤ ਕਿ ਮਾਸਟਰ ਮਾਈਂਡ ਤੱਕ ਜਿਹੜੀ ਪਹੁੰਚ ਹੈ ਹੋਣੀ ਚਾਹੀਦੀ ਹੈ ਇਸ ਘਟਨਾ ਦੇ, ਕਿਉਂਕਿ ਨਹੀਂ ਤਾਂ ਹੁਣ ਇੱਕ ਪੰਜਾਬ ਦੇ ਵਿੱਚ ਇਸ ਕਿਸਮ ਦੇ ਹਾਲਾਤ ਬਣ ਗਏ ਕਿ ਅੱਜ ਇੱਕ ਥਾਂ 'ਤੇ ਬੇਅਦਬੀ ਹੁੰਦੀ ਹੈ, ਉੱਥੇ ਉਹ ਮਸਲਾ ਥੋੜ੍ਹਾ ਜਿਹਾ ਠੰਡਾ ਪੈਂਦਾ ਤਾਂ ਦੂਜੇ ਥਾਂ 'ਤੇ ਹੋਰ ਹੋ ਜਾਂਦੀ ਹੈ। ਔਰ ਇਹਦੇ ਲਈ ਮੈਂ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਸਮਝਦਾ। ਜਦੋਂ 1986 ਦੇ ਵਿੱਚ ਬਰਨਾਲਾ ਸਰਕਾਰ ਮੌਕੇ
बेअदबी घटनाक्रम नकोदर दे विच वापरिया सीगा। जे नकोदर कांड दे दोषियों ते कार्रवाई होंदी तां 2015 दे विच जिहड़ा बादल सरकार मौके बेअदबी घटनाक्रम वापरिया वह ना वापरदा। जे बरगाड़ी कांड दे उत्ते कार्रवाई हो जाती जिहड़े दोषी सीगे तां इहो जिहियां घटनावां नहीं सी वापरदियां। सो अज जिहड़ियां घटनावां वापर रहियां ने इहदे लई साडियां जिहड़ियां पिछलियां भावें बरनाला सरकार है, बादल सरकार है, जां कैप्टन सरकार है, ये भी दोषी ने। बाकी जिहड़ी ये घटना है ईमानदारी नाल इहदी तफ्तीश प्रशासन करे। 11 साल की बच्ची तक गल नहीं रुकनी चाहिए। और ए लग रहा है इत्थे जो आके मैं वेख्या चंगी तरह कि जिवें वो बच्ची की पूरी ट्रेनिंग की हुई है, वो एन पूरा माइंड तैयार कराया गया है। और जिवें पिंड दे ते पतवंदियां ने दस्सिया कि 15-20 दिन होए ने सिर्फ उन्होंने गुरुद्वारा साहब आउंदी नूं, पहला नहीं सी गुरुद्वारे आउंदी, 20 दिन तो गुरुद्वारे आउण लगी आ, ते वह 11 साल की बच्ची है। ये सारा घटना जी जिहदा सारे पिंड नूं रामपुरे पिंड नूं इन्ना अफसोस है कि इत्थे बहुत लोग अफसोस दे विच डुबे हुए ने कि साडा पिंड जिहड़ा कि रामपुरा पिंड ऐसा पिंड है कि बहुत कुछ वापरिया पंजाब दे विच, पर इत्थे कदे भी कोई ऐसी घटना सुनन नूं नहीं सी मिली जिहदा सारे पिंड नूं अफसोस है। और एक सारे कोशिश कर रहे हैं कि मास्टर माइंड तक पहुँच होवे। मेरा नाम शरणजीत सिंह, मैं SP हैडक्वार्टर संगरूर हाँ। सर अज की घटना वापरी है जी रामपुरे गुरु घर? पिंड रामपुरा गुरु घर है इतने महाराज साहब के सूख जोड़े है गुरु ग्रंथ साहब के प्रकाश मान ने, और दसा गया कि 12 साल की बच्ची है जो इतने गुरु घर के अक्सर सेवा कर आती सी। और कल क्योंकि सानू जो कमेटी है गुरुद्वारे के जो गुरुद्वारे के सू अच दसा, पर जो हूँ तक की तहकीकात तो पता लगे कि कल 5 बजे के करीब जो रंगीन जो बिटिया जी है सेवा कर आती सी, वो वालों गुरु ग्रंथ साहब के 7 अंगा की जी है वो जो नुकसान पहुँचाया गया। बच्ची साड़ी कस्टडी है, तो महाराज साहब के सरूप में मर्यादा अनुसार कमेटी की सहमति नाल और जो गुरु घर की पूर्ण गुरमर्यादा है उस अनुसार उचित जगह पर SGPC के नाल तालमेल करके पहुँचाया जा रहा। और दुख की गल है, बड़े अफसोस की गल है कि इस तरह जो है एक बच्ची पर लड़की ते की कार्रवाई हुई है? देखो एक तहकीकात चल रही है, बट नैचुरल है कि असी वी आर गोइंग टू रजिस्टर द केस इमीजिएटली। तो हम मौके पर हाँ, लड़की दी क्योंकि वो छोटी बच्ची है 12 साल की, उसनू साइकोलॉजिकल ढंग दे नाल उसकी कुछ कुछ करके जो भी अगली कार्रवाई है वो अमल में लिया। सर कोई थोड़े ये पिछले शरारतबाजी नहीं लग रही भी किसी ने शरारतबाजी करके बच्चे को फसला के काम करवाया हो? देखो इस समय इस बारे कुछ नहीं किया जा सकता। सर पिछे भी इस पिंड दे विच एक घटना वापर सी, लॉकडाउन के दौरान एक मुसलमान भाईचारे के नाँ के उत्ते एक पोस्टर लाए गए सी, उस तक कोई वो नहीं होया भी? देखो जिहड़े शरारती अंसर ने अक्सर जिहड़ा हैगा अजिहे जिहड़ियां घटनावां नूं अंजाम दिंदे रहिंदे ने। असीं लोकां नूं अपील भी करांगे और साडा एक कोशिश भी है कि अमन अमान नूं बिल्कुल कायम रखा जाए। लॉ ऑर्डर सिचुएशन जिहड़ी हैगी है अंडर कंट्रोल है, और पिंड के लोग बड़े समझदार ने, तुसीं भी इस चीज़ को समझते हो, असीं तुहाडे तों सहयोग भी मंग करते हैं कि जो कोई इहो जिही अफवाह फैलदा है तो सानूं सूचना दी जाए। और जो भी कोई शरारती अंसर अगर ऐसी शराब करने की कोशिश करेगा तो कानून अनुसार सख्त कार्रवाई की जाए। ये भी जिहड़ा हैगा इन्वेस्टिगेशन का विषय है जी। इस गलते SP साडे डिटेक्टिव डी तो जिहड़ी साडी टीम है इस केस नूं जो डील कर रही है वो ये सारिया पहलुआं का जिहड़ा हैगा इहनूं लड़ीवार खुलासा इन्वेस्टिगेशन तो बाद करेंगे। देश दुनिया ते कोरोना महामारी का असर, इस जरूरी है कि तुहानू मिले सही जानकारी अते पता होवे सच्ची खबर। अजीत वेब टीवी दे सैकड़े पत्रकारां दी है हर पल हर जगह ते हर स्थिति ते पैनी नजर। पिंड कस्बा शहर होवे या देश विदेश, असी जुड़े हां तुहाडे नाल अखबारां ते सोशल मीडिया राही। कलम दी ताकत ते वेब टीवी दे माध्यम दे नाल हर जन तक पहुंचावांगे हर मन दी आवाज।
हर आमो खास ते हकूमत नु भी करांगे सवाल जवाब। आप नहीं तब पहुंचेगी साड़ी वीडियो कॉल। अफवाहों तो बचो अते सच्चियां ते सही खबरां दे लई जुड़े रहो अजीत वेब टीवी दे नाल।